ਖੇਤੀਬਾੜੀ ਤੇ ਮੰਡੀਕਰਨ ਇਹ ਦੋਨੋਂ ਚੀਜ਼ਾਂ ਜਿਹੜੀਆਂ ਆ ਉਹ ਸਟੇਟ ਦੇ ਸਬਜੈਕਟ ਵਿੱਚ ਆਉਂਦੀਆਂ ਸਰਕਾਰ ਨੇ ਬੜੀ ਬੇਈਮਾਨੀ ਨਾਲ ਬੜੇ ਚਲਾਕੀ ਦੇ ਨਾਲ ਇੱਕ ਧਾਰਾ 33 ਜੋੜ ਕੇ ਸਾਡੀ ਜਿਹੜੀ ਅਸੀਂ ਝੋਨਾ ਪੈਦਾ ਕਰਦੇ ਆ ਜਾਂ ਕਣਕ ਪੈਦਾ ਕਰਦੇ ਆ ਉਹਨਾਂ ਨੂੰ ਫੂਡ ਸੈੱਫ ਲਿਖਤਾ ਫੂਡ ਸੈੱਫ ਹੁੰਦਾ ਜਿਹੜੀ ਖਾਣ ਲਈ ਯੋਗ ਤਿਆਰ ਜਿੰਸ ਹੋਵੇ ਜਿਵੇਂ ਝੋਨੇ ਦੀ بجائے ਚੌਲ ਲਿਖਤਾ ਕਣਕ ਦੀ بجائے ਆਟਾ ਲਿਖਤਾ ਉਹਦੇ ਅਧੀਨ ਕੰਕਰਟ ਚੈਨਸ ਵਿੱਚ ਲਿਆ ਕੇ ਸਾਂਝੀ ਸੂਚੀ ਵਿੱਚ ਲਿਆ ਕੇ ਕੇਂਦਰ ਨੇ ਮਤੇ ਪਾਸ ਕੀਤੇ ਆ ਜਿਹੜੇ ਬਿਲਕੁਲ ਗੈਰਕਾਨੂੰਨੀ ਆ ਜੇ ਸਾਨੂੰ ਪਰਖਣ ਲਈ ਕਹਿੰਦੇ ਆ ਇਹਦੀ ਪਰਖ ਬਿਹਾਰ ਵਿੱਚ ਹੋ ਚੁੱਕੀ ਆ ਏਪੀਐਮਸੀ ਐਕਟ ਜਿਹੜਾ 2006 ਵਿੱਚ ਬਿਹਾਰ ਵਿੱਚ ਖਤਮ ਕਰਤਾ ਗਿਆ ਸੀ 2006 ਤੋਂ ਬਾਅਦ 9016 ਮੰਡੀਆਂ ਸੀ ਬਿਹਾਰ ਦੇ ਵਿੱਚ ਅੱਜ 1600 ਰਹਿ ਗਈਆਂ ਤੇ ਪੰਜਾਬ ਦੇ ਵਿੱਚ ਜਿੱਥੇ APMC ਇੱਕ ਤੀਰ ਵਰ ਤੋਂ ਠੀਕ ਹੋ ਰਹੀ ਹੈ ਇੱਥੇ 1600 ਤੋਂ ਵੱਧ ਕੇ 4000 ਮੰਡੀਆਂ ਹੋ ਗਈਆਂ ਤੇ ਬਿਹਾਰ ਤੇ ਯੂਪੀ ਜਿੱਥੇ ਸਰਕਾਰੀ ਖਰੀਦ ਨਹੀਂ ਉਥੇ ਪ੍ਰੈਡੀ ਝੋਨਾ ਜਿਹੜਾ ਆ 1000 ਰੁਪਏ ਨੂੰ ਖਰੀਦ ਕੇ ਵਪਾਰੀਆਂ ਨੇ ਪੰਜਾਬ ਹਰਿਆਣਾ ਵਿੱਚ ਆ ਕੇ 1800 1900 ਨੂੰ ਵੇਚਿਆ ਇਸ ਕਰਕੇ ਜਿੱਥੇ ਸਰਕਾਰੀ ਖਰੀਦ ਹੈਗੀ ਆ ਉਥੇ ਹੀ ਕਿਸਾਨਾਂ ਨੂੰ ਕੁਝ ਨਾ ਕੁਝ ਪੱਲੇ ਪਿਆ ਭਾਵੇਂ ਉਹ ਪੂਰਾ ਮੁੱਲ ਨਹੀਂ ਮਿਲਦਾ ਪਰ ਘੱਟੋ ਘੱਟ ਸ ਹੈ ਕੀਮਤ ਜਿਹੜੀ ਆ ਕਿਸਾਨ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ ਆ ਮੋਦੀ ਨੂੰ ਇਹ ਕਹਿਣਾ ਉਹ ਵੀ ਪਾਰਲੀਮੈਂਟ ਦੇ ਵਿੱਚ ਕਿ ਇਹਨੂੰ ਲਾਗੂ ਹੋ ਲੈਣ ਦਿਓ ਇਹਨੂੰ ਪਰਖ ਲਓ ਜੇ ਨਾ ਠੀਕ ਹੋਊਗਾ ਫਿਰ ਇਹਨੂੰ ਰੱਦ ਕਰਾਂਗੇ ਜਾਂ ਸੋਧਾਂ ਕਰਾਂਗੇ ਇਹ ਕੋਈ ਲੈਬਾਰਟਰੀ ਨਹੀਂ ਖੇਤੀਬਾੜੀ ਖੇਤੀਬਾੜੀ ਨੇ ਜਿਹੜਾ ਪਿਛਲੇ ਦੌਰ ਦੇ ਵਿੱਚ ਕਰੋਨਾ ਦੌਰ ਦੇ ਵਿੱਚ ਜਦੋਂ ਜੀਡੀਪੀ ਸਾਡੀ ਸਾਰੇ ਸੈਕਟਰ ਦੇ ਵਿੱਚ ਮਾਈਨਸ 24% ਹੋਈ ਆ ਇਹ ਖੇਤੀਬਾੜੀ ਨੇ 3.5% ਇਹਨੂੰ ਪੁਆਇੰਟਲ ਦਿਖਾ ਲਿਆ ਹਾਂ ਪੱਕੀ ਦਿਖਾ ਲਿਆ ਇਸੇ ਕਰਕੇ ਕਾਰਪੋਰੇਟ ਕਰਾਣਿਆਂ ਦੀਆਂ ਨਿਗ੍ਹਾਵਾਂ ਜਿਹੜੀਆਂ ਐ ਉਹ ਖੇਤੀਬਾੜੀ ਤੇ ਆ ਖੇਤੀਬਾੜੀ ਦੇ ਸਬੰਧੇ ਵਿੱਚ ਲੁਕੋ ਕੇ ਸਾਨੂੰ 슈ਗਰ ਕੋਟਡ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਖੇਤੀਬਾੜੀ ਚੋਂ ਵੱਤਵਤ ਕਿਸਾਨਾਂ ਨੂੰ ਬਾਹਰ ਕੱਢਿਆ ਜਾਵੇ